ਕਿਸੇ ਵੀਰ ਨੇ ਫਿਰ ਆਪਦੇ ਕੰਮ ਕਰਨ ਵਾਲੇ ਘਰ ਵਾਲੇ ਗੜ ਪਾਏ। ਇੱਕ ਦੋ ਤਿੰਨ ਖੜੇ ਹੋ ਜਾਓ। ਸੁਰਿੰਦਰ ਨਾਮ ਹੋਵੇ ਉਸ ਬੱਚੇ ਦਾ, ਹੈ ਭਾਈ ਕੋਈ ਸੁਰਿੰਦਰ? ਸਿਰਨਾ ਮਹਾਰਾਜ ਸੁਰਿੰਦਰ, ਤੂੰ ਹੈ ਸੁਰਿੰਦਰ ਭਾਈ? ਚੱਲ ਬਾਬਾ ਵੇਖ ਫਿਰ ਕੌਣ ਹੈ। सुरेंद्र मेरे बाबे का की हुक्म आया? आही पुछदा बाबा, अज तो मैं साल छे महीने पहले लखां दा सीगा ता अज कखां दा क्यों हो गया? आही पुछदा आई है ना, अज तो साल पहला लखां दा सीगा ता हुण जमा बाबा कहिंदा रुपये रुपये तो मुहताज हो पिया। अज इन्ना सोहना काम कार चलदा सीगा, घर दे विच चंगी रोटी खांदे सीगे, एक कपड़ा लाउंदे सी ते एक पाउंदे सीगे, हुण कुछ भी नहीं रह गया। आई है ना, आही पुछदा बाबा क्यों होया मेरे नाल, मेरा काम डाउन क्यों हो गया, जमा ठप हो गया? बाबा कहिंदा चार चार पांच पांच छे छे मुंडे तेरे नीचे काम करदे सीगे, हैल्पर करदे सी। चल बाबा कह गया फिर सुरेंद्र। बाबा कहना हूं ना तेरे घर के भी कलेष, घर के बीमारी, तेरा काम कर ठप सारिया गल आई है ना, क्यों होया कादे वास्ते होया दसदा कि बाबा जिवें डाउन क्यों हो गया, उच्चा सीगा जमा थले हो गया। यही पूछना बाबा क्यों होया तो घर च मेरे बीमारी क्यों हो गई, कदे तेरी घरवाली का कदे तेरे बच्चे का तेरा कदे सिर तक नहीं दुखिया सीगा, आ हुण छे सत्त महीने च ना जमा खाणी उलझी जाती है। बिल्कुल जी आई है ना। चल बाबा कह बाबा कहना तू तो गल नोट की है, महीने तो जो दो महीने तो जान तेरे बच्चे दे जा तेरी घरवाली दे जा तेरे सट लगती लगती है, खून निकलता निकलता महीने दे विच जां 20 दिनां दे विच सट किसी ना किसी ने बजनी बजनी है, खून निकलता 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 ना, क्यों निकलता कादे वास्ते निकलता, इहदा भी एक रीजन है। रीजन की है, ਤੁਹਾਡੇ ਪਰਿਵਾਰ ਚੋਂ ਅੱਜ ਤੱਕ ਕਿਸੇ ਨੇ ਕਾਲਕਾ ਮਾਤਾ ਨੂੰ ਮੰਨਿਆ ਨਹੀਂ, ਨਹੀਂ ਮੰਨੇ, ਤੂੰ ਮੰਨਣ ਲੱਗ ਗਿਆ, ਉਹ ਵੀ ਕਿਸੇ ਦੇ ਪਿੱਛੇ ਲੱਗ ਗਿਆ। ਹਾਂਜੀ ਲੱਗ ਗਿਆ, ਜਦੋਂ ਮੈਂ ਕਾਲਕਾ ਨੂੰ ਮਾਤਾ ਨੂੰ ਮੰਨਣ ਲੱਗਿਆ ਨਾ, ਉਸ ਤੋਂ ਬਾਅਦ ਬਾਅਦ ਕਾਣੀ ਪੁੱਠੀ ਹੋਈ ਹੈ। ਨਹੀਂ ਹੋਈ ਜਦੋਂ ਮਾਤਾ ਨੂੰ ਮੰਨਣ ਲੱਗਿਆ, ਉਸ ਤੋਂ ਬਾਅਦ ਜਮਾ। ਹਾਂਜੀ ਆਈ ਹੈ ਨਾ, ਰਾਜੇ ਕਿਉਂ ਹੋਇਆ ਕਾਦੇ ਵਾਸਤੇ ਹੋਇਆ? ਇੱਕ ਤੁਹਾਡੇ ਨਾਲ ਬੋਲੀਆਂ ਜੀ ਮਹਾਰਾਜ ਆਏ ਆ। ਔਰ ਗੁੜਗਾਵ ਵਾਲੀ ਮਾਤਾ ਨੂੰ ਮੰਨਦੇ ਹੋ? ਨਹੀਂ ਮੰਨਦੇ। ਪੱਲੂ ਵਾਲੀ ਮਾਤਾ ਨੂੰ ਮੰਨਦੇ ਹੋ? ਖੇਤਰਪਾਲ ਜੀ ਨੂੰ ਮੰਨਦੇ ਹੋ? ਮੰਨਦੇ ਹੋ ਨਾ? ਇਹ ਰੌਲਾ ਤੇਰਾ ਇੱਥੇ ਹੀ ਆ ਸਾਰਾ, ਜਿੱਦਣ ਤੂੰ ਕਾਲਕਾ ਨੂੰ ਤੈਨੂੰ ਕੱਢਤਾ ਉਦੋਂ ਤੋਂ ਤੇਰਾ ਕੰਮ ਸਾਰਾ ਸਹੀ ਹੋ ਜਾਊਗਾ। ਜੇ ਤੇਰੇ ਘਰੇ ਮਾਤਾ ਕਾਲਕਾ ਹੈਗੀ, ਤੇਰੇ ਘਰੇ ਕਾਲ ਪੈਂਦਾ ਰਹੂਗਾ। ਹੁਣ ਕਾਲ ਪਿਆ ਹੋਇਆ ਇਸ ਟਾਈਮ ਕਰੇ ਤੇਰੇ? ਬਿਲਕੁਲ ਕਾਲ ਪਿਆ ਹੋਇਆ ਨਾ, ਫਿਰ ਮਾਤਾ ਕਾਲਕਾ ਨੂੰ ਤੂੰ ਬਖਸ਼ਾ ਦੇ। ਤੂੰ ਪਟਿਆਲੇ ਵੀ ਗਿਆ ਬਾਬਾ ਕਹਿੰਦਾ, ਚਾਰ ਵਜੇ ਆਇਆ ਨਾ ਪਟਿਆਲੇ, ਮੁਰਗੀ ਤੋਂ ਬੋਤਲ ਹੀ ਚੜਾ ਗਿਆ ਸੀਗਾ, ਮੁਰਗੀ ਨਹੀਂ ਚੜਾ ਗਿਆ ਬੋਤਲ ਚੜਾ ਗਿਆ ਸੀ ਨਾ। ਰਾਜੇ ਇੱਕ ਗੱਲ ਕਹਾਂ ਤੈਨੂੰ ਮੈਂ, ਦੇਖ ਨਾ ਮੈਂ ਤੇਰੇ ਤੋਂ ਪੁੱਛ ਲੈਣਾ, ਨਾ ਤੂੰ ਮੇਰੇ ਤੋਂ ਪੁੱਛ ਲੈਣਾ, ਠੀਕ ਹੈ? ਲੈਣਾ ਆਪਾਂ ਇਹਨਾਂ ਤੋਂ ਮਾਲਕਾਂ ਤੋਂ, ਤੂੰ ਨਾ ਕਾਲਕਾ ਬਖਸ਼ਾ ਦੇ, ਚੰਗਾ ਰਹੇਗਾ। ਤਾਂ ਫਿਰ ਛੱਡ ਦੇਣਾ ਵੀਰੇ, ਬਖਸ਼ਾ ਦੇ, ਚੰਗਾ ਰਹੇਗਾ, ਠੀਕ ਹੈ ਨਾ? ਅਤੇ ਇੱਕ ਤੁਹਾਡੇ ਪਿੱਤਰ ਅੱਗੇ ਖੜਾ,
ਪਿੱਤਰਾਂ ਨੂੰ ਮੰਨਦੇ ਹੋ ਆ ਕੇ ਖੜਾ ਗੰਗਾ ਰਾਮ ਕਿਹਦਾ ਨਾਮ ਸੀਗਾ ਗੰਗਾ ਰਾਮ ਵੇਖ ਕਵਾਰਾ ਮਰਿਆ ਨਾਲੇ ਦੇਖ ਦੇਖ ਜਲਦੀ ਕਰ ਮੇਰਾ ਵੀਰ ਗੰਗਾ ਰਾਮ ਇਹ ਆ ਕੇ ਖੜਾ ਤੁਹਾਡਾ ਪਿੱਤਰ ਹੈ ਇਹ ਕਿਸੇ ਦੇ ਸਿਰ ਤੇ ਖੇਡਦਾ ਉਹ ਸੀਗਾ ਪਹਿਲਾਂ ਚੱਲ ਬਾਬਾ ਕਹਿ ਕੁਵਾਰਾ ਮਰਿਆ ਹੋਇਆ ਦੇਖ ਕੌਣ ਤੇਰੇ ਦਾਦੇ ਦਾ ਭਰਾ ਸੀਗਾ ਜਾਂ ਤੇਰਾ ਚਾਚਾ ਤਾਇਆ ਸੀਗਾ ਕੁਵਾਰਾ ਮਰਿਆ ਹੋਇਆ ਯਾਦ ਕਰ ਲੈ ਗੰਗਾ ਰਾਮ ਨਾਮ ਦੱਸੀ ਜਾਂਦਾ ਫਿਰ ਬਾਬਾ ਕਹਿੰਦਾ ਤੇਰੀ ਕਿਸੇ ਨਾਲ ਬਹਿਸਬਾਜ਼ੀ ਹੋਈ ਸੀ ਸਿਆਣੇ ਨਾਲ ਜਿਵੇਂ ਮੈਂ ਬਾਬਾ ਹੋ ਗਿਆ ਹੋਈ ਸੀ ਨਾ ਜਿਉਂ ਤੇਰੀ ਬਹਿਸਬਾਜ਼ੀ ਹੋਈ ਉਸ ਤੋਂ ਬਾਅਦ ਚਾਲ ਨੀਚੇ ਐਂ ਹੋਇਆ ਨਾ ਵੀਰੇ ਕਾਲ ਕਰ ਉਹ ਭਾਈ ਸੰਘ ਤੋਂ ਬਹਿ ਜਾਓ ਕਿੱਥੇ ਚੱਲੇ ਹੋ ਚਾਹ ਬਣ ਗਈ ਵੀਰੇ ਇੱਕ ਤਾਂ ਕਾਲਕਾ ਮਾਤਾ ਨੂੰ ਪੁੱਛਣਾ ਦੇ ਚੰਗਾ ਰਹੇਗਾ ਮੇਰਾ ਵੀਰ ਮੈਂ ਤੈਨੂੰ ਸਿੱਧੇ ਰਾਸਤੇ ਲਾਈਏ ਨਾ ਬਾਬੇ ਤੋਂ ਪੁੱਛ ਕੇ ਬਖਸ਼ਾ ਦੇ ਜ਼ਿੰਮੇਵਾਰੀ ਮੈਂ ਕੰਮ ਕਰਦਾ ਕਿਤੇ ਹੋਰ ਕੁਛ ਨਹੀਂ ਹੁੰਦਾ ਉਵੇਂ ਤੇਰੀਆਂ ਲਹਿਰਾਂ ਤੈਨੂੰ ਲੱਗਣ ਲੱਗ ਜਾਣਗੀਆਂ ਜਿਵੇਂ ਪਹਿਲਾਂ ਲਹਿਰਾਂ ਲੱਗਦੀ ਸੀ ਨਾ ਚਾਰ ਚਾਰ ਪੰਜ ਪੰਜ ਮੁੰਡੇ ਨੀਚੇ ਵੈਲਡਿੰਗ ਦੇ ਕੰਮ ਕਰਦਾ ਸੀਗਾ ਉਵੇਂ ਹੋਣ ਲੱਗ ਜਾਊਗਾ ਠੀਕ ਹੈ ਨਾ ਕਾਲੀ ਮਾਤਾ ਨੂੰ ਬਖਸ਼ਾ ਦੀ ਮੈਂ ਆਪ ਆਉਂਦਾ ਬਖਸ਼ਾ ਕੇ ਜਾਊਗਾ ਠੀਕ ਹੈ ਨਾ ਇੰਨਾ ਕੰਮ ਕਰਕੇ ਤੇਰੇ ਬੇੜੇ ਪਾ ਖੜਾ ਹੋ ਗਿਆ ਦਾਸ ਚੱਲ ਬਾਬੇ ਕਹਿ ਗਿਆ